ਪਰ ਉਸ ਮਨੋਤ ਨੂੰ ਆਧਾਰ ਬਣਾ ਕੇ ਤੁਸੀਂ ਏਦਾਂ ਅਕਾਲ ਤਖ਼ਤ ਵਾਲੇ ਕੋਲੇ ਭੱਜੋਗੇ। ਹੁਣ ਜਦੋਂ ਸਿੱਕੇ ਵਾਲਾ ਮਾਮਲਾ ਵੀ ਸੀ ਜਾਂ ਹੋਰ ਵੀ ਜਿਹੜਾ ਨਰਾਇਣ ਦਾਸ ਪਿੱਛੇ ਜੇ ਆਇਆ ਸੀ ਉਹਦਾ ਵੀ ਮਾਮਲਾ ਸੀਗਾ ਵੀ ਅਕਾਲ ਤਖ਼ਤ ਵਾਲਾ ਜਥੇਦਾਰ ਬੋਲਦਾ ਕਿਉਂ, ਬੋਲਦਾ ਅਗਲੇ ਨੇ, ਉਹ ਤੁਹਾਡੀ ਡਿਮਾਂਡ ਦੇ ਨਾਲ ਅਗਲੇ ਦੀ ਸਥਾਪਤੀ ਫੇਰ ਦੁਬਾਰਾ ਹੋ ਗਈ। ਉਹ ਜਦੋਂ ਤੁਸੀਂ ਨਰਾਇਣ ਦਾਸ ਨੂੰ ਛੇਕਣ ਛਕਾਉਣ ਤੇ ਜਾਂ ਉਹਨੂੰ ਏਦਾਂ ਗਲਤੀ ਏਦਾਂ ਕਰਨ ਦੇ ਉੱਤੇ ਉਹਦੇ ਉੱਤੇ ਤੁਸੀਂ ਜਥੇਦਾਰ ਦੀ ਗੱਲ ਮੰਨ ਲਈ ਆ, ਫਿਰ ਆਹ ਗੱਲਾਂ ਵੀ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅਗਲੇ ਨੇ ਮਨਾਉਣੇ ਨਹੀਂ ਆ, ਕਿਉਂਕਿ ਉਹਨੇ ਨਾ ਜਿਹੜੀ ਵੀ ਗੱਲ ਪਹਿਲਾਂ ਤੋਂ ਹੀ ਆਪਾਂ ਇਹ ਵਾਰ ਵਾਰ ਕਰ ਰਹੇ ਹਾਂ ਵੀ ਜਿਹੜੀ ਵੀ ਬਹੁ ਗਿਣਤੀ ਨੇ, ਜਿਹੜਾ ਵੀ ਕਾਨੂੰਨ, ਜਿਹੜਾ ਵੀ ਕੋਈ ਨਿਯਮ ਲਾਗੂ ਕਰਨਾ ਹੁੰਦਾ ਘੱਟ ਗਿਣਤੀ ਤੇ, ਪਹਿਲਾਂ ਘੱਟ ਗਿਣਤੀ ਤੋਂ ਅਪਰੂਵਲ ਲਈ ਜਾਂਦੀ ਆ ਉਹ। ਜਿੱਦਾਂ ਮੰਨ ਲਓ ਸਰ ਆਹ 295 ਵਾਲਾ ਆ, ਸਾਡੇ ਘੱਟ ਗਿਣਤੀਆਂ ਵਾਸਤੇ ਕਾਨੂੰਨ ਆ, ਬਹੁ ਗਿਣਤੀ ਵਾਸਤੇ ਥੋੜੀ ਆ, ਪਰ ਉਹ ਲਾਗੂ ਸਾਡੇ ਤੋਂ ਹੋ ਰਿਹਾ ਆ। ਆਹ ਛੇਕਣ ਛਕਾਉਣ ਵਾਲਾ ਵੀ ਈਵਨ ਕਿ ਜਦੋਂ ਜਥੇਦਾਰ ਦੀ ਕੁਰਸੀ ਦੇ ਉੱਤੇ ਰਹਿ ਕੇ ਆਇਆ ਦਰਸ਼ਨ ਸਿੰਘ, ਦਰਸ਼ਨ ਸਿੰਘ ਨੂੰ ਚਾਹੀਦਾ ਤਾਂ ਇਹ ਸੀ ਨਾ ਵੀ ਅੱਖਾਂ ਇਸ ਵਾਰ ਵੀ ਆ ਸਿਸਟਮ ਦੇ ਨਾਲ ਮੈਂ ਸਹਿਮਤ ਨਹੀਂ ਹੈਗਾ, ਪਰ ਉਹਦੇ ਨਾਲ ਇਹ ਸੀ ਫਿਰ ਸਾਬਕਾ ਜਥੇਦਾਰ ਵਾਲੇ ਨਹੀਂ ਰਹਿੰਦਾ ਗਾ, ਤਾਂ ਕਿ ਉਹ ਸਿਸਟਮ ਨੂੰ ਵੀ ਮਾਨਤਾ ਦਿੱਤੀ ਜਾ ਰਹੀ ਆ, ਪਰ ਉੱਥੇ ਉਹਨਾਂ ਦੇ ਫੈਸਲੇ ਬਾਰੇ ਕਿਹਾ ਜਾ ਰਿਹਾ ਵੀ ਨਹੀਂ ਮੈਂ ਇਸ ਫੈਸਲੇ ਨੂੰ ਨਹੀਂ ਮੰਨਦਾ। ਜਦੋਂ ਆਪਣੀ ਕੋਈ ਗੱਲ ਆਉਂਦੀ ਆ ਫਿਰ ਕਿਹਾ ਜਾਂਦਾ ਵੀ ਉਸ ਟਾਈਮ ਕੋਈ ਦਰਸ਼ਨ ਸਿੰਘ ਨੇ ਆਹ ਫੈਸਲਾ ਲਿਆ ਸਟੇਜ ਤੋਂ, ਫਲਾਨੇ ਨੇਤੇ ਨੂੰ ਉਦਾਂ ਬਰਨਾਲੇ ਨੂੰ ਸੱਦ ਲਿਆ ਉੱਥੇ ਜਾ ਕੇ, ਪਰ ਜਦੋਂ ਅੱਜ ਵਾਲਾ ਕੋਈ ਜਥੇਦਾਰ ਸੱਦਦਾ ਆ ਫਿਰ ਕਹਿੰਦੇ ਨਹੀਂ ਨਹੀਂ ਇਹ ਗਲਤ ਹੈਗੀ ਆ ਗੱਲ, ਜਾਂ ਤਾਂ ਸਿਸਟਮ ਬਾਰੇ ਸਾਰੇ ਬਾਰੇ ਗੱਲ ਕਰਨੀ ਪੈਣੀ ਆ। ਉਹ ਸਾਡੇ ਬੰਦੇ ਸੋਚਦੇ ਉਹ ਨਿੱਕੇ ਜਿਹੇ ਸੈਗਮੈਂਟ ਬਾਰੇ ਆ ਨਾ, 84 ਵਾਲੇ ਮਾਮਲੇ ਚ ਵੀ ਏਦਾਂ ਹੀ ਆ, ਭਾਈ ਰਣਜੀਤ ਸਿੰਘ ਵਾਲੇ ਮਾਮਲੇ ਚ ਵੀ ਏਦਾਂ ਹੀ ਆ, ਸਾਰੇ ਮਾਮਲਿਆਂ ਦੇ ਵਿੱਚ ਬੰਦਾ ਬਸ ਏਦਾਂ। ਹੁਣ ਟਕਸਾਲੀ ਜਦੋਂ ਇਹ ਗੱਲਾਂ ਬਾਤਾਂ ਕਰਦੇ ਆ, ਰਣਜੀਤ ਸਿੰਘ ਬਾਰੇ ਸਿਰਫ ਇਹੀ ਸੋਚ ਰਹੇ ਵੀ ਇਸ ਬੰਦੇ ਨੂੰ ਚੁੱਪ ਕਿੱਦਾਂ ਕਰਾਉਣਾ ਆ, ਇਹਨੂੰ ਖਤਮ ਕਿੱਦਾਂ। ਇਹ ਨਾ ਜਦੋਂ ਮੰਨ ਲਓ ਅਸੀਂ ਵਾਰ ਵਾਰ ਇਹ ਗੱਲਾਂ ਜਿਹੜੀ ਅੱਜ ਸਾਡੇ ਦੇ ਵਿੱਚ ਸੋਚ ਆਈ ਪਈ ਆ ਇਹ ਵੀ ਜਿਹੜਾ ਕੋਈ ਸਾਡੇ ਖਿਲਾਫ਼ ਬੋਲਦਾ ਉਹਨੂੰ ਬੰਦ ਕਰਾਈਏ, ਉਹਨੂੰ ਚੁੱਪ ਕਰਾਈਏ, ਇਹ ਸੋਚ ਤਾਂ ਮੁਗਲਾਂ ਦੇ ਟਾਈਮ ਦੇ ਵਿੱਚ ਸੀਗੀ। ਉਹਨਾਂ ਨੂੰ ਵੀ ਤਾਂ ਇਹੀ ਲੱਗਦਾ ਸੀ ਨਾ, ਇਹਨਾਂ ਦਾ ਗੁਰੂ ਅਰਜਨ ਦੇਵ ਆ ਜਿਹਦੇ ਕਰਕੇ ਸਾਰੇ ਬੰਦੇ ਦਾ ਤੱਤ ਭੜੱਤੇ ਹੋਏ ਫਿਰਦੇ ਆ, ਇਹਨੂੰ ਖਤਮ ਕਰ ਦਈਏ, ਇਹਨੂੰ ਖਤਮ ਕਰ ਦਈਏ ਤਾਂ ਸਾਰਾ ਮਾਮਲਾ ਠੀਕ ਹੋ ਜਾਣਾ ਆ, ਪਰ ਉਹ ਏਦਾਂ ਨਹੀਂ ਹੋਇਆ ਗਾ। ਗੁਰੂ ਬਾਕੀ ਦੇ ਗੁਰੂਆਂ ਬਾਰੇ ਵੀ ਏਦਾਂ ਹੀ ਲੱਗਦਾ ਸੀਗਾ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਾਂ ਖਤਮ ਕਰ ਦਈਏ ਤਾਂ ਕਿਤੇ ਜਾ ਕੇ ਸੈਟਲ ਹੋ ਜਾਣਾ ਆ। ਇਹ ਗੱਲਾਂ ਇੱਦਾਂ ਨਹੀਂ ਸੈਟਲ ਹੋਣੀਆਂ, ਇਹ ਨਾ ਹੀ ਹੋ ਸਕਦੀਆਂ। ਅੱਜ ਕੋਈ ਅੱਜ ਹਰੇਕ ਟਾਈਮ ਦੇ ਵਿੱਚ ਜੇ ਕੋਈ ਅੱਜ ਰਣਜੀਤ ਸਿੰਘ ਆਵਾਜ਼ ਉਠਾ ਰਿਹਾ ਨਾ, ਹੋਊ ਕੋਈ ਹੋਰ ਵੀ ਤਾਂ ਹੋਊ, ਸਵਾਲ ਤਾਂ ਨਿਕਲਣੇ ਨਾ ਲੋਕਾਂ ਦੇ ਮਨਾਂ ਦੇ ਵਿੱਚ। ਹੁਣ ਥੋੜੀ ਜਿਹੀ ਗੱਲ ਹੋਈ ਸੀ 84 ਬਾਰੇ, ਕਿੰਨੀਆਂ ਘਟਨਾਵਾਂ ਬਾਹਰ ਆ ਗਈਆਂ ਆ ਲੋਕਾਂ ਦੇ ਮਨਾਂ 'ਚ ਤਾਂ ਪਈਆਂ ਨਾ, ਪਲੇਟਫਾਰਮ ਮਿਲ ਅਗਲਿਆਂ ਕਹਿਣ ਲੱਗ ਗਈ, ਕਿੰਨਾ ਕੁ ਟਾਈਮ ਬੰਦਾ ਜ਼ਰੂਰ ਇਸ ਗੱਲ ਦੇ ਬਾਰੇ ਲੋਕਾਂ ਨੇ ਕਹਿਣੀਆਂ ਸ਼ੁਰੂ ਕਰਨੀਆਂ ਹੀ ਕਰਨੀਆਂ ਆ। ਟੋਟਲ ਏਦਾਂ ਨਹੀਂ ਹੈਗਾ, ਕਿਸੇ ਟਾਈਮ ਕਾਂਗਰਸ ਨੂੰ ਇੰਡੀਆ ਦੇ ਵਿੱਚ ਏਦਾਂ ਹੀ ਲੱਗਦਾ ਸੀ ਵੀ ਸਾਨੂੰ ਕੌਣ ਹਿਲਾ ਸਕਦਾ ਆ, ਅਸੀਂ ਸਾਰਿਆਂ ਨੂੰ ਲੱਗਿਆ ਏਦਾਂ ਖੁੰਝੇ ਲਾਇਆ ਹੋਇਆ ਆ, ਪਰ ਹੁਣ ਕੀ ਹੋ ਰਿਹਾ ਆ, ਆਹੋ ਇੰਨੇ ਸਾਲ ਰਾਜ ਕਰਨ ਤੋਂ ਬਾਅਦ ਵੀ ਉਹਨਾਂ ਬੰਦਿਆਂ ਨੂੰ ਇੱਦਾਂ ਹੱਥਾਂ ਪੈਰਾਂ ਦੀ ਪਈ ਹੈ ਵੀ ਕਿੱਥੋਂ ਅਸੀਂ ਇੱਕ ਅੱਧੀ ਸੀਟ ਜਿੱਤ ਲਈਏ, ਠੀਕ ਹੈ। ਉਹ ਗੱਲ ਹਰੇਕ ਦੇ ਨਾਲ ਹੀ ਏਦਾਂ ਆਉਣੀ ਹੈ ਵੀ ਠੀਕ ਹੈ ਤੁਹਾਡਾ ਲੰਮਾ ਟਾਈਮ ਏਦਾਂ ਚੱਲ ਗਿਆ, ਤੁਹਾਡਾ ਜਿਹੜਾ ਕਬਜ਼ਾ ਰਹਿ ਗਿਆ, ਪਰ ਏਦਾਂ ਦੋ ਚਾਰ ਬੰਦਿਆਂ ਨੂੰ ਖਤਮ ਕਰਨ ਦੇ ਨਾਲ ਏਦਾਂ ਨਹੀਂ ਹੋ ਜਾਣਾ ਵੀ ਤੁਸੀਂ ਆਖੋ ਵੀ ਲੰਮਾ ਟਾਈਮ ਚੱਲਿਆ ਹੀ ਰਹਿਣਾ ਆ। ਇਹ ਆਵਾਜ਼ ਤਾਂ ਏਦਾਂ ਹੀ ਉੱਠਦੀ ਰਹਿਣੀ ਹੈ, ਕਿੰਨਾ ਕੁ ਟਾਈਮ ਬੰਦਾ ਗੁੰਡਾਗਰਦੀ ਨੂੰ ਸਹਿਣ ਕਰ ਲੈਣਾ ਆ। ਜਿਹੜੀ ਨਵੀਂ ਪੀੜ੍ਹੀ ਨੇ ਆਉਣਾ ਆ, ਨਵੇਂ ਏਦਾਂ ਲੋਕਾਂ ਨੇ ਵਿਚਾਰ ਆਉਣੇ, ਦੁਨੀਆਂ ਤਾਂ ਯਾਰ ਕਿੱਥੋਂ ਦੀ ਕਿੱਥੇ ਪਹੁੰਚ ਚੁੱਕੀ ਆ, ਤੁਹਾਡੇ ਇਹਨਾਂ ਵਿਚਾਰਾਂ ਦੇ ਨਾਲ ਬਹੁਤਾ ਟਾਈਮ ਨਹੀਂ ਰਹਿਣਾ। ਲੋਕਾਂ ਨੇ ਤਾਂ ਦੇਖੋ ਜੀ ਅੱਖਾਂ 'ਚ ਅੱਖਾਂ ਪਾ ਕੇ ਤੁਹਾਨੂੰ ਇਹ ਸਵਾਲ ਕਰਨੇ ਆ ਵੀ ਆਹ ਜਿਹੜੀ ਗੁੰਡਾਗਰਦੀ ਕਰਨ ਦਾ ਹੱਕ ਆ ਤੁਹਾਨੂੰ ਦਿੱਤਾ ਕਹਿੰਦੇ ਆ, ਹਾਂਜੀ ਵੀ ਕਿਹੜੀ 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 ਮਾਨਤਾ ਆ ਜਿਹੜੀ ਤੁਹਾਡੀ, ਮਤਲਬ ਜਿਹੜੀ ਇਹ ਕਹਿੰਦੀ ਆ ਵੀ ਤੁਸੀਂ ਹੁਣ, ਮੈਂ ਇੱਥੇ ਦੇ ਜਿਹੜੇ ਪਾੜੇ ਆ ਦੋ ਚਾਰ, ਮੈਂ ਉਹਨਾਂ ਦੀ ਗੱਲ ਕਰਦਾ ਵੀ ਕਹਿਣ ਨੂੰ ਮੰਨ ਲਓ ਇੱਥੇ ਪੀ ਐਚ ਡੀਆਂ ਕੀਤੀਆਂ ਉਹਨਾਂ ਨੇ, ਮੈਨੂੰ ਇਹ ਨਹੀਂ ਸਮਝ ਆਉਂਦੀ ਸਵਾਹ ਦੀਆਂ ਪੀ ਐਚ ਡੀਆਂ ਕੀਤੀਆਂ, ਜਿਸ ਬੰਦੇ ਨੂੰ ਇਹ ਨਹੀਂ ਪਤਾ ਹੈਗਾ ਡੈਮੋਕ੍ਰੇਸੀ ਦੇ ਵਿੱਚ ਵੀ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਰਾਈਟ ਆ ਇਸ ਮੁਲਕ ਦੇ ਵਿੱਚ, ਹਾਂਜੀ ਗੱਲ ਫੇਰ ਉੱਥੇ ਚਲੇ ਜਾਣੀ ਵੀ ਗੁਰੂ ਗ੍ਰੰਥ ਸਾਹਿਬ ਬਾਰੇ ਜੇਕਰ ਹਰਨੇਕ ਸਿੰਘ ਦੀ ਇੰਟਰਪ੍ਰੀਟੇਸ਼ਨ ਆ ਉਹ ਇਸ ਰੂਪ ਦੇ ਵਿੱਚ ਆ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਗਿਆਨ ਦੇ ਪ੍ਰਤੀਕ ਨੇ, ਠੀਕ ਹੈ, ਉਹਦੇ ਵਿੱਚ ਦੱਸੋ ਉਹਨੇ ਕੀ ਨਿੰਦਿਆ ਕਰ ਦਿੱਤੀ। ਹੁਣ ਇੰਨੀ ਗੱਲ ਕਰਕੇ ਤੁਸੀਂ ਹਰਾਮਖੋਰੋ ਜਾ ਕੇ ਇੰਡੀਆ ਦੇ ਵਿੱਚ ਮੰਨ ਲਓ ਜਥੇਦਾਰਾਂ ਦੀਆਂ ਚਪਲਾਂ ਝਾੜਦੇ ਆ ਵੀ ਉਹਨੂੰ ਛੇਕੋ, ਮੰਨ ਲਓ ਇਦੋਂ ਵੀ ਜ਼ਿਆਦਾ ਗਿਰ ਸਕਦੇ ਆ ਤੁਸੀਂ ਜੇਕਰ ਤੁਸੀਂ ਪੜ੍ਹੇ ਲਿਖੇ ਹੁੰਦੇ, ਜੇਕਰ ਵਾਕਈ ਤੁਸੀਂ ਪੜ੍ਹੇ ਲਿਖੇ ਹੁੰਦੇ ਕੋਈ ਤੁਹਾਡੇ ਚ ਪੜ੍ਹਿਆ ਲਿਖਿਆ ਵਾਲੀ ਗੱਲ ਹੁੰਦੀ ਤੁਸੀਂ ਰੇਡੀਓ ਤੇ ਫੋਨ ਕਰਕੇ ਉਹਦੇ ਨਾਲ ਡਿਬੇਟ ਕਰਦੇ ਵੀ ਹਰਨੇਕ ਸਿੰਘ ਆਹ ਗੱਲ ਤੂੰ ਕਹਿਣਾ ਆ ਵੀ ਇਹਦੇ ਨਾਲ ਸਿੱਖਾਂ ਦਾ ਦੱਸ ਕੀ ਭਲਾ ਆ, ਫੇਰ ਤੁਹਾਨੂੰ ਦੱਸਦਾ ਵੀ ਜਿਹੜੀ 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 ਮਤਲਬ ਪਰਿਭਾਸ਼ਾ ਤੁਸੀਂ ਦੇ ਰਹੇ ਆ ਨਾ ਗੁਰੂ ਗ੍ਰੰਥ ਸਾਹਿਬ ਦੀ ਵੀ ਭਲਾ ਤਾਂ ਚਲੋ ਬਾਅਦ ਚ ਦੇਖਾਂਗੇ, ਜਿਹੜੇ ਨੁਕਸਾਨ ਉਹਦੇ ਨਾਲ ਹੋਏ ਆ ਉਹ ਮੈਂ ਤੁਹਾਨੂੰ ਦੱਸਦਾ, ਕਦੋਂ ਦੇ ਕਿੰਨੇ ਸਾਲਾਂ ਦੇ ਅਸੀਂ ਕਿੰਨਾ ਕੁਛ ਉਹਦੇ ਉਸ ਪਰਿਭਾਸ਼ਾ ਦੇ ਕਰਕੇ ਅਸੀਂ ਨੁਕਸਾਨ ਕਰ ਚੁੱਕੇ ਹਾਂ, ਸਾਡੇ ਪ੍ਰਚਾਰਕਾਂ ਨੇ ਕਿੰਨਾ ਨੁਕਸਾਨ ਕੀਤਾ। ਅਸਲ ਦੇ ਵਿੱਚ ਤਾਂ ਟਕਸਾਲੀਆਂ ਤੋਂ ਬਾਅਦ ਜਿੰਨਾ ਵੀ ਦੌਰ ਚੱਲਿਆ ਪ੍ਰਚਾਰਕਾਂ ਦਾ ਉਹਨਾਂ ਨੇ ਸਾਨੂੰ ਮੰਗਤੇ ਹੀ ਤਾਂ ਬਣਾ ਕੇ ਰੱਖਿਆ, ਤਾਂ ਹੀ ਤਾਂ ਸਾਡੇ ਵਿੱਚ ਗੱਲ ਕਰਨ ਦਾ ਹਿਆ ਨਹੀਂ ਆਇਆ, ਤਾਂ ਹੀ ਅਸੀਂ ਗੁੰਡਿਆਂ ਦੇ ਮੋਹਰੇ ਮਤਲਬ ਅੱਖਾਂ ਚੱਖਾਂ ਪਾ ਕੇ ਗੱਲ ਕਰਨ ਦੀ ਜ਼ਰੂਰਤ ਨਹੀਂ ਕਰ ਸਕੇ, ਕਿਉਂਕਿ ਸੁਭਾਅ ਸਾਡਾ ਉਹ ਮੰਗਤਿਆਂ ਵਾਲਾ ਹੀ ਰੱਖਿਆ। ਉਹ
ਜਾਂ ਉਸ ਤਰੀਕੇ ਦਾ ਕਿਰਦਾਰ ਆਪਣਾ ਨਹੀਂ ਘੜਿਆ ਜਿਹਦੇ ਨਾਲ ਗੁੰਡਾਗਰਦੀ ਨੂੰ ਨੱਥ ਪਵੇ, ਜਿਹਦੇ ਨਾਲ ਇਹ ਦੱਸ ਸਕਣ ਵੀ ਤੁਹਾਡੀ ਜ਼ਿੰਮੇਵਾਰੀ ਤੁਹਾਨੂੰ ਆਪਣੇ ਮੋਢਿਆਂ ਤੇ ਲੈਣੀ ਪੈਣੀ ਹੈ। ਅੱਜ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਨਾ, ਉਦੋਂ ਭਾਜੀ ਨੇ ਜਿਹੜੀ ਗੱਲ ਕੀਤੀ, ਜਦੋਂ ਰੀਪਲੇ ਚੱਲਿਆ, ਚਲੋ ਸਰੋਤੇ ਦੁਆਰਾ ਸੁਣ ਲੂਗੇ, ਉਹ ਮਤਲਬ ਸਾਰੀ ਗੱਲ ਦਾ ਜਿਹੜਾ ਤੱਤਸਾਰ ਸੀ ਉਹ ਇਹੀ ਸੀਗਾ ਵੀ ਸਾਡੇ ਇੱਕ ਦੇ ਉੱਤੇ ਹੀ ਸਾਰਾ ਕੁਛ ਖੜਾ, ਵੀ ਇਕੱਲੇ ਬੰਦੇ ਦੀ ਜਿਹੜੀ ਮੁਖਤਿਆਰੀ, ਇਕੱਲੇ ਖੁਦ ਮੁਖਤਿਆਰੀ ਆ, ਉਹੀ ਸਾਰਾ ਕੁਛ ਆ, ਵੀ ਸਿੱਖੀ ਆ ਜਿਹੜੀ ਉਹ ਇੱਕ ਦੇ ਨਾਲ ਹੀ ਆ, ਸਾਰਾ ਕੁਛ ਜਿਹੜਾ ਕੰਸੈਪਟ ਆ ਉਹ ਇੱਕ ਦਾ ਹੀ ਆ। ਹੁਣ ਕੀ ਸਾਡੇ ਪ੍ਰਚਾਰਕਾਂ ਨੇ ਉਹ ਇੱਕ ਜਿਹਦੀ ਗੱਲ ਕਰ ਰਹੇ ਆ ਉਹਨੂੰ ਬਣਾਉਣ ਦੇ ਵਿੱਚ ਕੋਈ ਸਮਾਜ ਦੇ ਵਿੱਚ ਕੋਈ 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 ਆਪਣਾ ਯੋਗਦਾਨ ਪਾਇਆ? ਮੈਂ ਕਹਿੰਦਾ ਸਵਾਹ ਵੀ ਨਹੀਂ ਕੀਤੀ, ਬਸ ਆ ਕੇ ਮੱਥੇ ਟੇਕੀ ਜਾਓ, ਪੈਸੇ ਰੱਖੀ ਜਾਓ ਤੇ ਕਥਾ ਸੁਣ ਕੇ ਘਰ ਨੀ ਜਾਈ ਜਾਓ ਕਿਤੇ। ਉਹ ਤਾਂ ਹੋਣਾ ਸੀ, ਦੇਖੋ ਇਹ ਵੀ ਗੱਲ ਦੇ ਨਾਲ, ਉਹ ਤਾਂ ਹੋਣਾ ਸੀ ਜੇ ਆਪ ਕੋਸ਼ਿਸ਼ ਕੀਤੀ ਹੁੰਦੀ। ਆਪ ਤਾਂ ਕੋਸ਼ਿਸ਼ ਹੀ ਨਹੀਂ ਕੀਤੀ, ਆਪ ਤਾਂ ਆਪਣੇ ਮੋਢਿਆਂ ਤੇ ਸੱਚ ਬੋਲਣ ਦੀ ਜ਼ਿੰਮੇਵਾਰੀ ਨਹੀਂ ਲਈ। ਜ਼ਿੰਮੇਵਾਰੀ ਪਤਾ ਕਾਹਦੀ ਲਈ? ਵੀ ਸ਼ਬਦਾਂ ਦੀ ਵਿਆਖਿਆ ਕੋਈ ਸਾਹਿਬ ਸਿੰਘ ਦੇ ਟੀਕੇ ਦੇ ਅਨੁਸਾਰ ਕਰੀ ਜਾਂਦਾ, ਕੋਈ ਆਪਣਾ ਮਾੜਾ ਮੋਟਾ ਜੋੜ ਕੇ ਕਰੀ ਜਾਂਦਾ, ਪਰ ਉਹਨਾਂ ਉਸ ਵਿਆਖਿਆ ਦੇ ਵਿੱਚ ਕਿਤੇ ਵੀ ਇਹ ਗੱਲ ਨਹੀਂ ਹੈਗੀ ਕਿ ਮੈਂ ਜ਼ਿੰਮੇਵਾਰ ਆ ਆਪਣੇ ਕੰਮਾਂ ਦੇ ਲਈ, ਤੇ ਜੋ ਵੀ ਸਮਾਜ ਦੇ ਵਿੱਚ ਆ ਰਿਹਾ ਹੋ ਰਿਹਾ ਹੈ ਉਹਨੂੰ ਜੇਕਰ ਅਸੀਂ ਮਤਲਬ ਆਪਣੇ ਨਜ਼ਰੀਏ ਦੇ ਨਾਲ ਖੁਦ ਮੁਖਤਿਆਰ ਹੋ ਕੇ ਜੇਕਰ ਉਹਨੂੰ ਬਚਾਂਗੇ ਤਾਂ ਉਹਦੇ ਜਿਹੜੇ ਸਿੱਟੇ ਆ ਮੈਂ ਭੁਗਤਣ ਨੂੰ ਤਿਆਰ ਆ। ਉਹ ਜੇਕਰ ਸੱਚ ਮਾੜਾ ਮੋਟਾ ਬੋਲਿਆ ਹੁੰਦਾ ਤਾਂ ਕਿਤੇ ਨਾ ਕਿਤੇ ਜਿਹੜਾ ਇੰਸਪਾਇਰ ਕੋਈ ਮੂਹਰੇ ਬੈਠਣ ਵਾਲਾ ਉਹਨਾਂ ਤੋਂ ਇੰਸਪਾਇਰ ਹੋ ਸਕਦਾ ਸੀਗਾ। ਜਿੱਦਾਂ ਇਹਨਾਂ ਨੇ ਫਰਜ਼ ਕਰ ਲਓ ਦਸਮ ਗ੍ਰੰਥ ਦੀ ਗੱਲ ਕਰ ਲਈਏ ਜਾਂ ਹੋਰ ਜਿਹੜੀਆਂ ਵੀ ਗੱਲਾਂ ਜਿੱਥੇ ਸਟੈਂਡ ਲੈਣ ਦੀ ਗੱਲ ਸੀ, ਉਹ ਜੇ ਸਟੈਂਡ ਲੈ ਕੇ ਮਤਲਬ ਇਹਨਾਂ ਨੇ ਕੋਈ ਨੁਕਸਾਨ ਝੱਲਿਆ ਹੁੰਦਾ ਤਾਂ ਆਪ ਹੀ ਕਿਸੇ ਬੰਦੇ ਨੂੰ ਇਹ ਹੁੰਦਾ ਵੀ ਗਲਤ ਦੇ ਖਿਲਾਫ ਸਟੈਂਡ ਲੈ ਕੇ ਬੰਦੇ ਨੇ ਜ਼ੁਰਤ ਕੀਤੀ, ਆਪਣਾ ਨੁਕਸਾਨ ਕਰਾ ਲਿਆ ਪਰ ਪਿੱਛੇ ਨਹੀਂ ਹਟਿਆ। ਪਰ ਨਹੀਂ ਮਤਲਬ ਜੇ ਕਹੀਏ ਵੀ ਕਿਸੇ ਪਾਸਿਓਂ ਵੀ ਏਦਾਂ ਨਹੀਂ ਲੱਗਦਾ ਹੈਗਾ ਵੀ ਸਾਡੇ ਬੰਦਿਆਂ ਨੇ ਕੋਈ ਜ਼ੁਰਤ ਦਾ ਕੰਮ ਕੀਤਾ। ਜਿਹੜੀ ਵਹਿੰਦੀ ਧਾਰਾ ਸੀਗੀ ਉਹਦੇ ਵਿੱਚ ਹੀ ਆਪਣੀ ਕਮਾਈ ਦਾ ਇਹਨਾਂ ਨੇ ਸਾਧਨ ਬਣਾ ਕੇ ਕਥਾ ਨੂੰ ਜਿਹੜਾ ਵਰਤਿਆ, ਹੋਰ ਉਹ ਤੋਂ ਇਲਾਵਾ ਨਹੀਂ ਕੁਛ ਵੀ ਦਿਖਾਈ ਦਿੰਦਾ ਇਹਨਾਂ ਦਾ ਯੋਗਦਾਨ। ਧਰਮ ਦੇ ਖੇਤਰ ਤੋਂ ਬਾਹਰ ਦੀ ਜੇ ਅਸੀਂ ਗੱਲ ਕਰੀਏ ਨਾ, ਮਤਲਬ ਕੋਈ ਵੀ ਬੰਦਾ ਜਾ ਕੇ ਜਾਂ ਕੋਈ ਵਿਗਿਆਨਿਕ ਆ ਕੇ ਕੋਈ ਆਪਣੇ ਜਿਹੜਾ ਉਹਨੇ ਇਨਵੈਂਸ਼ਨ ਕੀਤੀ ਆ ਉਹਦੇ ਬਾਰੇ ਆ ਕੇ ਲੋਕਾਂ ਨੂੰ ਦੱਸਦਾ ਆ ਵੀ ਆਹ ਇਨਵੈਂਸ਼ਨ ਕੀਤੀ ਆ, ਉਦੋਂ ਪਹਿਲਾਂ ਉਹਦੇ ਜਿੰਨੇ ਵੀ ਬੈਡ ਇਫੈਕਟ ਹੋਣੇ ਸੀ ਉਹ ਹੰਢਾ ਚੁੱਕਿਆ ਆ। ਏਦਾਂ ਨੀ ਹੈਗਾ ਵੀ ਇਹਨਾਂ ਨੇ ਉਹਨੇ ਕਿਸੇ ਏਦਾਂ ਉਹਨੂੰ ਏਦਾਂ ਲੱਗਿਆ ਵੀ ਏਦਾਂ ਕਰਕੇ ਤਾਰ ਦੇ ਵਿੱਚ ਦੀ ਬਿਜਲੀ ਆਵੇ ਤੇ ਬਲਬ ਦੇ ਵਿੱਚ ਪੈ ਤਾਂ ਇਹਦਾ ਜਗ ਜਾਣਾ ਆ। ਉਹਨੇ ਸਿੱਧੀ ਆ ਕੇ ਥਿਉਰੀ ਨੀ ਸਾਹਮਣੇ ਰੱਖ ਦਿੱਤੀ, ਉਹਨੇ ਪਹਿਲਾਂ ਜਗਾ ਕੇ ਦੇਖੇ ਜਿੱਦਾਂ ਫੁੱਟੀ ਗਏ ਉਹਨੂੰ ਕਿਸੇ ਤਰੀਕੇ ਜਦੋਂ ਉਹਦਾ ਬਿਲਕੁਲ ਜਾ ਕੇ ਇਹਦਾ ਪ੍ਰੋਪਰ ਹੋ ਗਿਆ ਨਾ ਕੰਮ ਵੀ ਹਾਂ ਵੀ ਏਦਾਂ ਜਾ ਕੇ ਤੇ ਹੁਣ ਫੁੱਟਿਆ ਨੀ ਹੈਗਾ, ਉਦੋਂ ਜਾ ਕੇ ਉਹਨੇ ਲੋਕਾਂ ਨੂੰ ਦੱਸਿਆ ਜਾ ਕੇ ਮੈਂ ਇਨਵੈਂਸ਼ਨ ਕੀਤੀ ਆ ਬਲਬ ਦੀ, ਏਦਾਂ ਜਾ ਕੇ ਜਦੋਂ ਇਹ ਤਾਰ ਦੇ ਨਾਲ ਏਦਾਂ ਕਰੰਟ ਆਉਣਾ ਇਹਨੇ ਜਗ ਪੈਣਾ ਆ। ਪਰ ਸਾਡੇ ਬੰਦੇ ਕੀ ਕਰ ਰਹੇ, ਸਿੱਧੀ ਦੱਸ ਰਹੇ ਗੱਲ ਨੂੰ, ਉਹਨੇ ਅਸਰ ਵੀ ਨੀ ਕਰਨਾ ਕਿਉਂਕਿ ਉਹਦੀ ਪ੍ਰੈਕਟੀਕਲਿਟੀ ਨੀ ਹੈਗੀ ਨਾ, ਆਪ ਕਰਕੇ ਨੀ ਦੇਖਿਆ ਕੁਛ ਵੀ, ਆਪ ਉਹ ਜ਼ਿੰਮੇਵਾਰੀ ਨਿਭਾ ਕੇ ਨੀ ਦੇਖੀ ਤਾਂ ਲੋਕਾਂ ਤੇ ਅਸਰ ਕਿੱਦਾਂ ਹੋ ਜਾਣਾ ਆ। ਸਾਡੇ ਪ੍ਰਚਾਰ ਦੇ ਵਿੱਚ ਹੁਣ ਤੱਕ ਜਿੰਨਾ ਵੀ ਪ੍ਰਚਾਰ ਹੋਇਆ ਨਾ ਜਾਗਰੂਕਾਂ ਵਾਲੇ ਪਾਸਿਓਂ ਵੀ, ਉਹ ਪ੍ਰਚਾਰ ਇਹ ਨਹੀਂ ਹੋਇਆ ਵੀ ਮੈਂ ਇੱਦਾਂ ਕਰਦਾ ਆ, ਉਹ ਪ੍ਰਚਾਰ ਇਹ ਹੋਇਆ ਵੀ ਤੁਸੀਂ ਕੀ ਕਰਨਾ, ਕੀ ਕਰਨਾ ਉਹਦੇ ਵਾਸਤੇ ਇਹੀ ਦੱਸਿਆ ਗਾ। ਡੋਨੇਸ਼ਨ ਦੀ ਗੱਲ ਆਉਂਦੀ ਹੈ, ਸਾਡੇ ਪ੍ਰਚਾਰ ਕੀ ਕਹਿੰਦੇ ਆ ਭਾਈ, ਏਦਾਂ ਗਰੀਬ ਦੀ ਰੱਖਿਆ ਕਰਨੀ, ਗਰੀਬ ਨੂੰ ਏਦਾਂ ਡੋਨੇਸ਼ਨ ਦੇਣਾ ਚਾਹੀਦਾ ਆ, ਮਾਤਾ ਖੀਵੀ ਜੀ ਏਦਾਂ ਜਿਹਦਾ ਭਲਾ ਕਰਨਾ ਤੁਸੀਂ ਚੁੱਪ ਕਰਕੇ ਏਦਾਂ ਦਸਵੰਧ ਕੱਢਣਾ ਚਾਹੀਦਾ। ਪਰ ਇਹਨਾਂ ਪ੍ਰਚਾਰਕਾਂ ਦੇ ਲਾ ਕੇ ਦੇਖ ਲਿਓ ਵੀ ਜਦੋਂ ਇਹ ਪ੍ਰਚਾਰਕ ਇੱਦਾਂ ਗੱਲ ਕਰਦੇ ਆ ਵੀ ਜਿਹੜੇ ਇਹਨਾਂ ਨੇ ਆਰਗੇਨਾਈਜੇਸ਼ਨ ਵੀ ਬਣਾਈਆਂ ਹੋਈਆਂ ਆ ਉਹਦੇ ਵਿੱਚ ਇੱਦਾਂ ਹੀ ਕਰਦੇ ਆ ਇਹ, ਉਹ ਦੂਜੀ ਦੀ ਤਨਖਾਹ ਸਾਲ ਦੀ 50,000 ਆ ਉਹ ਵੀ ਉਨੇ ਪੈਸੇ ਦੇ ਰਿਹਾ, ਜਿਹੜਾ ਸਾਲਾਂ ਦਾ ਕਰੋੜ ਕਮਾ ਰਿਹਾ ਆ ਉਹ ਵੀ ਉਨੇ ਦੇ ਰਿਹਾ ਆ। ਕੋਈ ਫਰਕ ਉਹ ਲੋਕਾਂ ਨੂੰ ਹੀ ਦੱਸਿਆ ਜਾ ਰਿਹਾ ਵੀ ਤੁਸੀਂ ਏਦਾਂ ਕਰਨਾ ਆ, ਤੁਸੀਂ ਲੋਕ ਭਲਾਈ ਦੇ ਕੰਮ ਕਰਨੇ ਆ, ਤੁਸੀਂ ਜ਼ਿੰਮੇਵਾਰ ਬਣਨਾ ਆ, ਤੁਸੀਂ ਏਦਾਂ ਆਸੇ ਪਾਸੇ ਦੀ ਕੇਅਰ ਕਰਨੀ ਆ, ਤੁਸੀਂ ਏਦਾਂ। ਪਰ ਉਹ ਆਪਣੇ ਬਾਰੇ ਨਹੀਂ ਹੁੰਦਾ, ਜਦੋਂ ਆਪਣੇ ਤੇ ਗੱਲ ਲਾ ਕੇ, ਹੁਣ ਜਦੋਂ ਨਾ ਆਪਣੇ ਭਾਈ ਰਣਜੀਤ ਸਿੰਘ ਗੱਲ ਕਰਦੇ ਆ ਉਹ ਕਹਿੰਦੇ ਵੀ ਜਦੋਂ ਏਦਾਂ ਤੁਸੀਂ ਮਤਲਬ ਇਸ ਪਾਸੇ ਨੂੰ ਤੁਰਨਾ ਨਾ ਉਹਦੇ ਵਾਸਤੇ ਉੱਜੜਨ ਵਾਸਤੇ ਤਿਆਰੀ ਸਾਨੂੰ ਕਰਨੀ ਪੈਣੀ ਆ, ਵੀ ਆਹ ਸਾਡਾ ਰੌਣਕ ਮੇਲਾ ਨੀ ਰਹਿਣਾ ਗਾ, ਇਹਨਾਂ ਨੇ ਏਦਾਂ ਕਰਨਾ ਆ। ਉਹਦੇ ਨਾਲ ਉਹਨਾਂ ਦੇ ਉੱਤੇ ਸਾਰਾ ਕੁਛ ਉਦਾਂ ਹੋ ਰਿਹਾ ਆ, ਹਮਲਾ ਉਹਨਾਂ ਦੇ ਉੱਤੇ ਹੋਇਆ ਆ, ਉੱਜੜ ਉਹ ਮਤਲਬ ਜਿਹੜਾ ਵੀ ਪਰਮੇਸ਼ਰ ਦੁਆਰ ਚੱਲ ਰਿਹਾ ਆ, ਦੀਵਾਨ ਰੋਕ ਕੇ ਜਾ ਰਿਹਾ, ਸਾਰਾ ਕੁਛ ਉਹਨਾਂ ਦੇ ਨਾਲ ਹੋ ਰਿਹਾ ਨਾ। ਪਰ ਸਾਡੇ ਪ੍ਰਚਾਰਕਾਂ ਦੇ ਨਾਲ ਏਦਾਂ ਨੀ ਹੋਇਆ ਸੀ, ਜਦੋਂ ਸਾਡੇ ਪ੍ਰਚਾਰਕ ਕਹਿੰਦੇ ਸੀ ਨਾ ਵੀ ਤੁਸੀਂ ਜਾ ਕੇ ਏਦਾਂ ਕਰੋ ਇਹਦੇ ਨਾਲ ਆਹ ਮਿਲ ਜਾਣਾ ਹੈ, ਲੋਕ ਤਾਂ ਮੰਨਣਗੇ ਨਾ, ਵੀ ਜਿੱਦਣ ਤੁਸੀਂ ਉਹ ਗੱਲ ਨੂੰ ਮੇਨ ਤਰੀਕੇ ਦੇ ਨਾਲ ਹੰਢਾ ਕੇ ਲੋਕਾਂ ਦੇ ਸਾਹਮਣੇ ਰੱਖੋਗੇ। ਜਦੋਂ ਲੋਕ ਸੋਚਦੇ ਹੀ ਆ ਵੀ ਜਦੋਂ ਯਾਰ ਆਹ ਪ੍ਰਚਾਰਕ ਕੋਈ ਗੱਲ ਕਰਕੇ ਜਾਂਦੇ ਆ ਸਿੱਧੇ ਤਰੀਕੇ ਨਾਲ ਗੱਲ ਕਰਕੇ ਝੋਲੀ ਚੱਕ ਕੇ ਇੱਥੋਂ ਤੁਰ ਪੈਂਦੇ ਆ, ਸਾਨੂੰ ਇੱਦਾਂ ਕਹਿ ਕੇ ਜਾਂਦੇ ਆ ਵੀ ਤੁਸੀਂ ਯਾਰ ਡੋਨੇਸ਼ਨ ਇਕੱਠੀ ਕਰੋ, ਤੁਸੀਂ ਦਸਵੰਧ ਕੱਢੋ ਆਪਣਾ। ਪਰ ਜਦੋਂ ਇਹਨਾਂ ਦੀ ਕਮਾਈ ਦੀ ਡੋਨੇਸ਼ਨ ਦੀ ਗੱਲ ਆਉਂਦੀ ਆ, ਇਹਨਾਂ ਦੇ ਦਸਵੰਧ ਦੀ ਗੱਲ ਆਉਂਦੀ ਆ, ਉਹ ਪਤਾ ਨਹੀਂ ਲੱਗਦਾ ਕਿੱਧਰ ਜਾਂਦਾ ਦਸਵੰਧ। ਮਤਲਬ ਉੱਥੇ ਤਾਂ ਗੱਲ ਤਾਂ ਇਹੀ ਆ ਨਾ ਵੀ ਉਹ ਜਦੋਂ ਬਣੇ ਨਾ ਗੁਰੂ ਸਾਹਿਬ ਦੇ ਨਾਲ ਇੱਕ ਕਹਾਣੀ ਵੀ ਜੋੜੀ ਆ ਸਿੱਖਣ ਵਾਸਤੇ, ਇੱਦਾਂ ਵੀ ਗੁਰੂ ਸਾਹਿਬ ਕਹਿੰਦੇ ਵੀ ਇੱਦਾਂ ਨਾ ਪੰਜ ਵਾਰੀ ਹੱਥ ਧੋਂਦੇ ਸੀ ਇੱਦਾਂ, ਠੀਕ ਹੈ। ਉਹ ਪੁੱਛਦੇ ਵੀ ਕਾਹਦੇ ਵਾਸਤੇ ਪੰਜ ਵਾਰੀ ਹੱਥ ਕਿਉਂ, ਕਹਿੰਦੇ ਮੈਂ ਪੰਜ ਵਾਰੀ ਧੋਣਾ ਤਾਂ ਇਹਨਾਂ ਨੇ ਮਸਾਂ ਇੱਕ ਵਾਰੀ ਧੋਣਾ ਆ। ਇਹ ਪ੍ਰਚਾਰਕ ਸੁਣਾਉਂਦੇ ਹੁੰਦੇ
ਵੀ ਸਮਝਾਉਣ ਵਾਸਤੇ ਪਰ ਇਹ ਗੱਲਾਂ ਜਦੋਂ ਤੁਹਾਨੂੰ ਪ੍ਰਚਾਰਕਾਂ ਨੂੰ ਨੀ ਸਮਝ ਦੇ ਵਿੱਚ ਆਉਂਦਾ ਵੀ ਜਦੋਂ ਤੁਸੀਂ ਕੋਈ ਖਤਰਾ ਲੈ ਕੇ ਰਾਜੀ ਨੀ, ਤੁਸੀਂ ਜਿਹੜਾ ਪ੍ਰੋਪਰ ਸੱਚ ਹੈਗਾ ਆ ਉਹ ਬੋਲ ਕੇ ਰਾਜੀ ਨੀ, ਤੁਸੀਂ ਕੋਈ ਜਿੰਮੇਵਾਰੀ ਚੱਕ ਕੇ ਰਾਜੀ ਨੀ, ਫਿਰ ਜਿਹੜੇ ਤੁਹਾਡੇ ਸਾਹਮਣੇ ਬੈਠੇ ਉਹ ਕਿੱਦਾਂ ਚੁੱਕ ਲੈਣਗੇ? ਤੁਹਾਨੂੰ ਤਾਂ ਵੱਡੀ ਜਿੰਮੇਵਾਰੀ ਚੱਕਣੀ ਪੈਣੀ ਹੈ ਨਾ ਪਹਿਲਾਂ, ਤੁਹਾਨੂੰ ਤਾਂ ਕੋਈ ਵੱਡਾ ਸੱਚ ਬੋਲਣਾ ਪੈਣਾ ਆ, ਜਿਹੜੇ ਪਿਛਲੇ ਜਿਹੜੇ ਲੋਕ ਹੈਗੇ ਉਦੋਂ ਥੱਲੇ ਥੱਲੇ ਵਾਲਾ ਬੋਲ ਸਕਣ। ਤੁਸੀਂ ਐਕਸਪੈਕਟ ਇਹ ਕਰਦੇ ਵੀ ਮੈਂ ਸੇਫ ਰਹਾਂ ਥੋੜਾ ਜਿਹਾ, ਮੈਂ ਇੰਨੀ ਕੁ ਗੱਲ ਕਰਾਂ, ਮੈਂ ਰਮ ਜਾਂਦਾ ਵਾਂ, ਮੈਂ ਲੋਕਾਂ ਨੂੰ ਏਦਾਂ ਆਸੇ ਪਾਸਿਓ ਸਮਝਾ ਦਿਆਂ ਵੀ ਲੋਕ ਏਦਾਂ ਭੜਕ ਕੇ ਮਤਲਬ ਉਹ ਖੜੇ ਹੋ ਕੇ ਪ੍ਰੋਪਰ ਜਿਹੜਾ ਪੂਰਾ ਖੀਰੀ ਸੱਚ ਹੈਗਾ ਉਹ ਮੰਨਣ ਲੱਗ ਜਾਣ। ਅਸੀਂ ਗੱਲ ਏਦਾਂ ਕਰੀਏ ਵੀ ਹੋਰ ਗ੍ਰੰਥਾਂ ਨੂੰ ਰੱਦ ਕਰਦੇ ਹਾਂ, ਅਸੀਂ ਹੋਰ ਗ੍ਰੰਥਾਂ ਨੂੰ ਨੀ ਮੰਨਦੇ, ਵੀ ਲੋਕ ਉੱਠ ਕੇ ਕਹਿ ਦੇਣ ਵੀ ਅਸੀਂ ਦਸਮ ਗ੍ਰੰਥ ਨੂੰ ਨੀ ਮੰਨਦੇ, ਉਹ ਏਦਾਂ ਨੀ ਹੋਣੀ। ਤੁਹਾਨੂੰ ਸਭ ਤੋਂ ਪਹਿਲਾਂ ਪਹਿਲ ਪੂਰੇ 100% ਕਰਨੀ ਪੈਣੀ ਆ, ਤਾਂ ਤੁਸੀਂ ਲੋਕਾਂ ਤੋਂ ਆਸ ਰੱਖ ਸਕਦੇ ਵੀ 20-30% ਕੁਛ ਉਹ ਵੀ ਕਰ ਲੈਣਗੇ। ਗੁਰੂ ਸਾਹਿਬ ਸਭ ਤੋਂ ਪਹਿਲੀ ਸ਼ਹੀਦੀ ਸਿੱਖੀਜ਼ਮ ਦੇ ਵਿੱਚ ਗੁਰੂ ਸਾਹਿਬ ਦੀ ਖੁਦ ਦੀ ਹੋਈ ਆ, ਠੀਕ ਹੈ। ਮੈਂ ਨੀ ਡਰਦਾ ਏਦਾਂ ਮੇਰੇ ਤੋਂ ਕੁਛ ਆ ਜਾਏ ਤਾਂ ਮੈਂ ਨੀ ਪਰਵਾਹ ਕਰਦਾ ਆਪਣੇ ਸਰੀਰ ਦੀ, ਤਾਂ ਲੋਕ ਇੰਸਪਾਇਰ ਹੋਏ ਵੀ ਜਿਹੜਾ ਬੰਦਾ ਆਪਣੀ ਪਰਵਾਹ ਨੀ ਕਰ ਰਿਹਾ ਯਾਰ, ਵੀ ਅਸੀਂ ਕਿਉਂ ਕਰੀਏ ਏਦਾਂ। ਪਰ ਸਾਡੇ ਪ੍ਰਚਾਰ ਕੀ ਕਰ ਰਹੇ? ਲੋਕਾਂ ਨੂੰ ਤਾਂ ਕਹਿ ਰਿਹਾ ਵੀ ਸਿਰ ਪੜਾਓ ਜਾ ਕੇ ਆਪਸ ਦੇ ਵਿੱਚ, ਜਦੋਂ ਆਪਦੀ ਵਾਰੀ ਆਉਂਦੀ ਆ ਉਦੋਂ ਸਾਡੇ ਟਕਸਾਲੀ ਵੀਰ, ਸਾਡੇ ਟਕਸਾਲੀ ਭਰਾ, ਸਾਡੇ ਹੀ ਭਰਾ ਆ, ਸਾਡਾ ਕੋਈ ਇਹਨਾਂ ਦੇ ਨਾਲ ਮਤਭੇਦ ਨਹੀਂ ਹੈਗਾ, ਸਾਡਾ ਤਾਂ ਗੁਰੂ ਡੰਮ ਦੇ ਨਾਲ ਆ, ਸਾਡਾ ਤਾਂ ਮਨੂਵਾਦ ਦੇ ਨਾਲ, ਸਾਡਾ ਕੋਈ ਮਿਸ਼ਨਰੀਆਂ ਦਾ ਟਕਸਾਲੀਆਂ ਨਾਲ ਵਿਰੋਧ ਨਹੀਂ ਹੈਗਾ, ਆਪਣੇ ਵਾਰੀ ਉਦੋਂ ਆ ਜਾਣੀ ਜਿੱਦਾਂ। ਤੇ ਜਦੋਂ ਲੋਕਾਂ ਨੂੰ ਕਹਿਣ ਦੀ ਗੱਲ ਆਉਣੀ ਉਦੋਂ ਵੀ ਸਖ਼ਤ ਸਟੈਂਡ ਲੈਣ ਕਮੇਟੀਆਂ, ਕਮੇਟੀਆਂ ਇਹਨਾਂ ਦੇ ਬਣਦੀ ਕਾਰਵਾਈ, ਮਤਲਬ ਕੀ ਵੀ ਕਮੇਟੀਆਂ ਆਪਸ ਚੁਲਝੀਆਂ ਰਹਿਣ, ਕਮੇਟੀਆਂ ਦਾ ਸਥਾਨਕ ਲੋਕਾਂ ਦਾ ਆਪਸ ਦੇ ਵਿੱਚ ਕਲੇਸ਼ ਚੱਲਦਾ ਰਹੇ, ਕੇਸ ਚੱਲਣਗੇ ਆਪਸ ਚੱਲਣਗੇ ਨਾ, ਅਸੀਂ ਤਾਂ ਨਿਕਲ ਗਏ ਨਾ ਵਿੱਚੋਂ, ਪਰ ਉਹ ਜ਼ਿੰਮੇਵਾਰੀ ਪਹਿਲਾਂ ਤੁਹਾਨੂੰ ਚੱਕਣੀ ਪੈਣੀ ਸੀ। ਉਹ ਤੁਸੀਂ ਜ਼ਿੰਮੇਵਾਰੀ ਚੱਕ ਕੇ ਏਦਾਂ ਲੋਕਾਂ ਨੂੰ ਦੱਸ ਦੇ, ਜਿਹੜੇ ਵੀ ਕਾਨੂੰਨ ਜਿਹੜੀਆਂ ਵੀ ਜ਼ਿੰਮੇਵਾਰੀਆਂ ਫੋਲੋ ਕਰਨੀਆਂ ਸੀਗੀਆਂ ਆਪ ਕਰਦੇ, ਵੀ ਤੁਹਾਨੂੰ ਤੁਸੀਂ ਇਹੀ ਪ੍ਰਚਾਰਕ ਦਾ ਕਹਿੰਦੇ ਵੀ ਸਿੱਖ ਦਾ ਜੀਵਨ ਏਦਾਂ ਦਾ ਹੀ ਹੋਵੇ ਵੀ ਜੀਵਨ ਚੋਂ ਹੀ ਪ੍ਰਚਾਰ ਹੋ ਜਾਵੇ, ਏਦਾਂ ਕੋਈ ਬੰਦਾ ਆਪਣੀ ਵਧੀਆ ਜ਼ਿੰਮੇਵਾਰੀ ਨਿਭਾ ਰਿਹਾ, ਆਪਣੇ ਆਪ ਨੂੰ ਸਾਫ਼ ਰੱਖ ਰਿਹਾ, ਆਸੇ ਪਾਸੇ ਨੂੰ ਸਾਫ਼ ਰੱਖ ਰਿਹਾ, ਵੀ ਉਹ ਤੋਂ ਦੇਖ ਕੇ ਲੋਕ ਏਦਾਂ ਸਿੱਖ ਲੈਣ। ਪਰ ਕੀ ਸਾਡੇ ਪ੍ਰਚਾਰਕਾਂ ਚੋਂ ਅਸੀਂ ਏਦਾਂ ਅੱਜ ਕੁਛ ਆਸ ਕਰਦੇ ਹਾਂ ਵੀ ਇਹਨਾਂ ਨੂੰ ਦੇਖ ਕੇ ਕੁਛ ਸਿੱਖਿਆ ਜਾ ਸਕੇ? ਉਹਨਾਂ ਨੂੰ ਦੇਖ ਕੇ ਤਾਂ ਆਉਣ ਵਾਲੇ ਇਹੀ ਸਿੱਖਣਗੇ ਨਾ ਵੀ ਆਹ ਰਾਹ ਬਹੁਤ ਵਧੀਆ, ਜੇ ਮੈਂ ਏਦਾਂ ਦਾ ਚੋਲਾ ਪਾ ਕੇ ਦੋ ਕਾਇਦ ਗੱਲਾਂ ਯਾਦ ਕਰ ਲਵਾਂ, ਜਿਹੜੇ ਜਿੰਨੇ ਵੀ ਪਿੱਛੇ ਪ੍ਰਚਾਰਕ ਆਏ ਕੀ ਕਰ ਰਹੇ ਆ, ਉਹ ਉਸੇ ਤਰਜ਼ ਦੇ ਉੱਤੇ ਪ੍ਰਚਾਰ ਕਰ ਰਹੇ ਆ, ਕਾਹਦੇ ਵਾਸਤੇ ਵੀ ਜਿਹੜੀ ਲਗਜ਼ਰੀ ਲਾਈਫ ਉਹਨਾਂ ਕੋਲੇ ਸਾਡੇ ਕੋਲੇ ਆ ਜਾਵੇ। ਤੇ ਜੇ ਤਾਂ ਕਿਤੇ ਕਿਰਦਾਰ ਦੀ ਜ਼ਿੰਮੇਵਾਰੀ ਦੀ ਗੱਲ ਹੁੰਦੀ, ਉਹਨਾਂ ਦੀ ਜ਼ਿੰਮੇਵਾਰੀਆਂ ਨੂੰ ਦੇਖਦੇ ਫਿਰ ਉਦਾਂ ਦਾ ਬਣ ਜਾਣਾ ਸੀ ਉਹਨਾਂ ਨੇ, ਹੁਣ ਉਹ ਲਗਜ਼ਰੀ ਲਾਈਫ ਅੱਜ ਵੀ ਏਦਾਂ ਦੇ ਜਾਂਦੇ ਆ, ਇੱਕ ਘੰਟਾ ਕਥਾ ਕਰਦੇ ਆ, ਇੰਨੇ ਡਾਲਰ ਮਿਲ ਜਾਂਦੇ ਆ ਲੈ ਕੇ ਘਰ ਨੂੰ, ਉਸ ਤਰਜ਼ ਦੇ ਉੱਤੇ ਉਹ ਬੰਦੇ ਕਥਾਕਾਰ ਬਣ ਰਹੇ ਆ, ਪਰ ਜ਼ਿੰਮੇਵਾਰ ਨਹੀਂ ਬਣ ਰਹੇ ਜਾ ਕੇ ਵੀ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਕੰਮ ਆਪਣੇ ਹੱਥੀਂ ਜਿਹੜੇ ਉਹ ਕਰ ਸਕਣ। ਤੁਹਾਡੀ ਗੱਲਬਾਤ ਦੌਰਾਨ ਮੈਂ ਇਹ ਸੋਚਦਾ ਸੀ ਵੀ ਜਿਹੜਾ ਭਾਵੇਂ ਟਕਸਾਲ ਆ, ਭਾਵੇਂ ਪੰਥ ਪ੍ਰੀਤ ਹੋਣੀ ਤੇ ਧੁੰਦੇ ਹੋਣੀ ਆ, ਤੇ ਤੀਏ ਨੰਬਰ ਤੇ ਭਾਈ ਰਣਜੀਤ ਸਿੰਘ ਆ, ਹਾਂਜੀ, ਤਿੰਨਾਂ ਨੇ ਹੀ ਆਪੋ ਆਪਣੇ ਤਰੀਕੇ ਦੇ ਨਾਲ ਇੱਕ ਇੱਕ ਪਰਸੈਪਸ਼ਨ ਆ ਜਿਹੜਾ ਉਹ ਬਿਲਡ ਕਰ ਰਿਹਾ ਲੋਕਾਂ ਦੇ ਵਿੱਚ, ਕਿਉਂਕਿ ਸੁਭਾਵਕ ਆ ਹਰ ਬੰਦਾ ਕਰਦਾ। ਜੇ ਕਹੀਏ ਵੀ ਹਰਨੇਕ ਸਿੰਘ ਨਹੀਂ ਕਰਦਾ, ਕਰਦਾ, ਤੁਸੀਂ ਆ, ਤੁਸੀਂ ਵੀ ਕਰਦੇ ਆ, ਕਿਉਂਕਿ ਜਿਹੜੇ ਤੁਹਾਡੇ ਕੰਮ ਆ ਉਹ ਇੱਕ ਪਰਸੈਪਸ਼ਨ ਬਿਲਡ ਕਰਦੇ ਆ, ਕਿਉਂਕਿ ਕੁਦਰਤੀ ਆ ਇਹ, ਜੋ ਤੁਸੀਂ ਕੰਮ ਕਰਨੇ ਆ ਨਾ ਉਹ ਜਿਹੜਾ ਤੁਹਾਨੂੰ ਦੇਖ ਰਿਹਾ ਆ ਉਹਦੇ ਤੋਂ ਉਹ ਕੁਛ ਲੈ ਰਿਹਾ ਆ, ਠੀਕ ਆ। ਅੱਛਾ, ਟਕਸਾਲ ਨੇ ਕੀ ਪਰਸੈਪਸ਼ਨ ਬਿਲਡ ਕੀਤਾ? ਟਕਸਾਲ ਨੇ ਪਰਸੈਪਸ਼ਨ ਬਿਲਡ ਕੀਤਾ ਗੁੰਡਾਗਰਦੀ ਵਾਲਾ, ਬਈ ਕਿਉਂਕਿ ਦੇਖੋ ਸਾਡੀ ਅਣਖ ਦੀ ਲੜਾਈ ਆ, ਬਈ ਅਣਖ ਦੇ ਲਈ ਏਦਾਂ ਅਸੀਂ ਨੀ ਫੇਰ ਮਤਲਬ ਪਿੱਛੇ ਹਟਦੇ ਹੁੰਦੇ, ਮੋਹਰੇ ਮੋਹਰੇ ਦੇਖਣਾ ਨੀ, ਮੋਹਰਲੇ ਪਾਸੋਂ ਅਸੀਂ ਅੰਨੇ ਆ, ਮੋਹਰੇ ਕੋਈ ਵੀ ਆ ਦੁਸ਼ਮਣ, ਪਰ ਅਸੀਂ ਏਦਾਂ ਫੇਰ ਅਸੀਂ ਤਾਂ ਭਿੜ ਜਾਂਦੇ ਹੁੰਦੇ ਆ, ਅਸੀਂ ਏਦਾਂ ਕਰਦੇ ਹੁੰਦੇ ਆ, ਉੱਥੇ ਕੋਈ ਆਹ ਨੀ ਦੇਖਿਆ ਗਿਆ ਵੀ ਇਹਨਾਂ ਦੀਆਂ ਮਾਨਤਾਵਾਂ ਤਾਂ ਬਾਹਮਣਾ ਵਾਲੀਆਂ ਆ, ਮਤਲਬ ਗੱਲਾਂ ਜਿੱਡੀਆਂ ਮਰਜ਼ੀ ਕਰੀ ਜਾਣ, ਜਿਹੜੀ ਗੁਰਬਚਨ ਸਿੰਘ ਦੀ ਕਿਤਾਬ ਆ ਜਾਂ ਜਿੰਨੀਆਂ ਮਤਲਬ ਟਕਸਾਲ ਦੀਆਂ ਮਨਮਤ ਵਾਲੀਆਂ ਉਹਨਾਂ ਦੇ ਕਿਸੇ ਦਾ ਧਿਆਨ ਨੀ ਗਿਆ, ਗੱਲ ਕਿੱਥੇ ਗਿਆ? ਇਹਨਾਂ ਦੀ ਲੜਨ ਵਾਲੀ ਸੋਚ ਤੇ, ਹਥਿਆਰ, ਰਿਵਾਲਵਰ, ਪਿਸਤੌਲ, ਤੀਰ, ਗੁੰਡਾਗਰਦੀ, ਮਤਲਬ ਸਾਰੀਆਂ ਇਹਨਾਂ ਗੱਲਾਂ ਉਹ ਸੀਗੀਆਂ ਸਾਨੂੰ ਪਹਿਲਾਂ ਹੀ ਅਪੀਲ ਕਰਦੀਆਂ ਗੱਲਾਂ, ਉਹ ਪਰਸੈਪਸ਼ਨ ਬਿਲਡ ਕੀਤਾ ਇਹਨਾਂ ਨੇ ਸਮਾਜ ਦੇ ਵਿੱਚ, ਉਹ ਪਰਸੈਪਸ਼ਨ ਗਾਂਧ ਹੀ ਆਇਆ ਸਾਡੀ ਯੰਗ ਜਨਰੇਸ਼ਨ ਦੇ ਵਿੱਚ, ਜਿਹੜੇ ਅੱਜ ਭਿੰਡਰਾਂ ਵਾਲੇ ਦੀਆਂ ਫੋਟੋਆਂ ਲਾ ਲਾ ਕੇ ਮੋਟਰਸਾਈਕਲਾਂ ਦੇ ਉੱਤੇ ਏਦਾਂ ਤੁਰੇ ਫਿਰਦੇ ਆ, ਉਹਨਾਂ ਨੂੰ ਕਿਉਂਕਿ ਜਿਹੜੀ ਇਹ ਮਤਲਬ ਲੜਨ ਵਾਲੀ ਬਿਰਤੀ ਆ ਇਹ ਤਾਂ ਸਾਡੇ ਖੂਨ ਦੇ ਵਿੱਚ ਆ, ਟਕਸਾਲ ਨੇ ਉਹਨੂੰ ਹੋਰ ਇਨਕਰੇਜ ਕੀਤਾ, ਰੀਜ਼ਨ ਨੀ ਦੱਸੇ ਵੀ ਲੜੀ ਦਾ ਕੱਲ ਹੀ ਆ, ਬਸ ਇਹ ਦੱਸੀਦਾ ਵੀ ਅਸੀਂ ਲੜਨ ਲਈ ਬਣੇ ਹਾਂ, ਕਿਉਂਕਿ ਇਹਨਾਂ ਨੇ ਦੇਖਿਓ ਸਾਡੇ ਕੀਤਾ ਗੁਰੂ ਘਰ।